ਭਗਤ ਕਬੀਰ ਸਾਹਿਬ ਦਾ ਰਾਗ ਗੌੜੀ ਦੇ ਵਿੱਚ ਫੁਰਮਾਣਿਆ, ਜਿਹ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪਰਗਾਸਿਆ, ਅਬ ਕੈਸੇ ਮਰੋ ਮਰਨ ਮਨ ਮੰਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੈ ਅਮਰ ਹੋਏ ਸੋਈ, ਕਹੋ ਕਬੀਰ ਮਨ ਭਇਆ ਆਨੰਦਾ, ਗਇਆ ਭਰਮ ਰਹਿਆ ਪਰਮਾਨੰਦਾ। ਇੱਕ ਜਗ੍ਹਾ ਤੇ ਭਗਤ ਕਬੀਰ ਸਾਹਿਬ ਨੇ ਇੱਦਾਂ ਵੀ ਬਚਨ ਆਖੇ, ਉਹ ਕਹਿੰਦੇ ਮੈਂ ਨਾ ਮਰੂੰ ਮਰਬੋ ਸੰਸਾਰਾ। ਹੁਣ ਹੈ ਤੇ ਹੈਰਾਨੀ ਵਾਲੀ ਗੱਲ ਨਾ, ਇੱਕ ਪਾਸੇ ਬਾਣੀ ਨੇ ਇਹ ਬਚਨ ਵਰਤਿਆ ਵੀ ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇੱਕ ਪਾਸੇ ਬਾਣੀ ਨੇ ਆਖਿਆ ਵੀ ਜਨਮੰਗ ਤਾਂ ਮਰਨੰਗ, ਜਿਸ ਦਾ ਜਨਮ ਆ ਉਹਦੀ ਮੌਤ ਆ, ਜਿਹੜਾ ਉਪਜਦਾ ਆ ਉਹ ਬਿਨਸ ਜਾਂਦਾ ਆ। ਤੇ ਭਗਤ ਕਬੀਰ ਸਾਹਿਬ ਕਹਿੰਦੇ ਵੀ ਮੈਂ ਨਾ ਮਰੂੰ, ਉਹ ਕਹਿੰਦੇ ਮੈਂ ਨੀ ਗਾ ਮਰਨਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਚ ਬਚਨ ਵਰਤਦੇ ਆ, ਉਹ ਕਹਿੰਦੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਇਹਦਾ ਭਾਵ ਜਿਹੜੀ ਇਹ ਬਾਤ ਆਈ ਹੈ ਨਾ ਵੀ ਜੋ ਉਪਜੋ ਸੋ ਬਿਨਸ ਹੈ, ਜਨਮੰਗ ਤਾਂ ਮਰਨੰਗ, ਜਿਹੜਾ ਜੰਮਦਾ ਵਾ ਉਹ ਮਰਦਾ ਵਾ। ਧਿਆਨ ਨਾਲ ਸੁਣਿਓ ਗੱਲ, ਜਿਹੜਾ ਜੰਮਦਾ ਵਾ ਉਹ ਕੀ ਆ, ਮਰਦਾ ਵਾ, ਜਿਹੜਾ ਉਪਜਦਾ ਆ ਉਹ ਬਿਨਸ ਜਾਂਦਾ ਆ। ਤੇ ਬਾਣੀ ਨੇ ਆਖਿਆ, ਭਾਈ ਗੁਰਦਾਸ ਜੀ ਨੇ ਆਖਿਆ, ਪਤਾ ਕੀ ਕਹਿੰਦੇ, ਜਿਹੜਾ ਜੰਮਦਾ ਆ ਮਰ ਜਾਂਦਾ ਆ, ਜਿਹੜਾ ਉਪਜਦਾ ਆ ਬਿਨਸ ਜਾਂਦਾ ਆ, ਜਿਹੜਾ ਪ੍ਰਗਟਦਾ ਆ ਉਹ ਨਹੀਂ ਗਾ ਮਰਦਾ।